guys, subscribe and press the bell icon to never miss a video from Gabru. ਪਿਛਲੇ ਕੁਝ ਸਾਲਾਂ ਤੋਂ ਇੱਕ ਸਟਾਰ ਕਿਡ ਦੇ ਡੈਬਿਊ ਦੀ ਸਾਰੇ ਹੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਤੇ ਉਹ ਸਟਾਰ ਕਿਡ ਹੈ ਸਨੀ ਦਿਓਲ ਦੇ ਬੇਟੇ ਕਰਨ ਦਿਓਲ। ਜੀ ਹਾਂ, ਸਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਡੈਬਿਊ ਮੂਵੀ ਦਾ ਪੋਸਟਰ ਬੜੇ ਚਿਰ ਦਾ ਰਿਲੀਜ਼ ਹੋ ਚੁੱਕਿਆ ਸੀ, ਜਿਸ ਦਾ ਟਾਈਟਲ ਹੈ ਪਲ ਪਲ ਦਿਲ ਕੇ ਪਾਸ। ਹੁਣ ਇਸ ਮੂਵੀ ਦੀ ਰਿਲੀਜ਼ਿੰਗ ਡੇਟ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਦਿੱਤੀ ਹੈ। ਇਹ ਮੂਵੀ 20 ਸਪਤੰਬਰ ਨੂੰ ਰਿਲੀਜ਼ ਹੋਵੇਗੀ। ਆਓ ਤੁਸੀਂ ਵੀ ਚੈੱਕ ਕਰੋ ਇਸ ਮੂਵੀ ਦੇ ਪੋਸਟਰ ਨੂੰ। ਤੁਹਾਨੂੰ ਦੱਸ ਦਈਏ ਕਿ ਇਸ ਮੂਵੀ ਨੂੰ ਖੁਦ ਡਾਇਰੈਕਟ ਕਰ ਰਹੇ ਨੇ ਸਨੀ ਦਿਓਲ ਤੇ ਇਹ ਮੂਵੀ 20 ਸਪਤੰਬਰ ਨੂੰ ਜ਼ੀ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮੂਵੀ ਦਾ ਟੀਜ਼ਰ 5 ਅਗਸਤ ਨੂੰ ਰਿਲੀਜ਼ ਹੋਵੇਗਾ। ਜਦ ਸਨੀ ਦਿਓਲ ਨੇ ਇਸ ਮੂਵੀ ਦਾ ਪੋਸਟਰ ਪਹਿਲੀ ਵਾਰ ਸਾਡੇ ਨਾਲ ਸ਼ੇਅਰ ਕੀਤਾ ਸੀ ਤੇ ਉਹਨਾਂ ਨੇ ਇਸ ਦੀ ਇੱਕ ਬੜੀ ਹੀ ਇਮੋਸ਼ਨਲ ਕੈਪਸ਼ਨ ਲਿਖੀ ਸੀ। ਆਓ ਤੁਸੀਂ ਵੀ ਚੈੱਕ ਕਰੋ ਉਹਨਾਂ ਦੀ ਇਸ ਕੈਪਸ਼ਨ ਨੂੰ। ਉਹਨਾਂ ਨੇ ਇਸ ਦੀ ਕੈਪਸ਼ਨ ਵਿੱਚ ਲਿਖਿਆ ਸੀ, ਐਜ਼ ਅ ਫਾਦਰ ਆਈ ਐਮ ਨਰਵਸ ਐਟ ਦ ਸੇਮ ਟਾਈਮ ਆਈ ਐਮ ਪ੍ਰਾਊਡ ਟੂ ਪ੍ਰੈਜ਼ੈਂਟ ਮਾਈ ਸਨ First poster. Today, Karan Dyol begins his cinematic journey. Wish him love, luck and success. ਤੇ ਇਸ ਦੇ ਨਾਲ ਹੀ ਉਹਨਾਂ ਨੇ ਹੁਣ ਇਸ ਮੂਵੀ ਦਾ ਦੂਸਰਾ ਪੋਸਟਰ ਸ਼ੇਅਰ ਕਰਦਿਆਂ ਹੋਇਆ ਕੈਪਸ਼ਨ ਵਿੱਚ ਲਿਖਿਆ, ਪ੍ਰਾਊਡ ਐਂਡ ਐਕਸਾਈਟਿਡ ਟੂ ਬ੍ਰਿੰਗ ਦ ਨੈਕਸਟ ਜਨਰੇਸ਼ਨ ਆਫ ਆਰ ਫੈਮਿਲੀ ਮਾਈ ਸਨ ਕਰਨ ਅਲੋਂਗ ਵਿਦ ਸਾਹਿਰ ਹੂ ਐਮਬਾਰਕ ਔਨ ਦੇਅਰ ਨਿਊ ਜਰਨੀ ਆਫ ਪਹਿਲਾ ਪਿਆਰ। ਇਸ ਮੂਵੀ ਦੇ ਪੋਸਟਰ ਵਿੱਚ ਕਰਨ ਦਿਓਲ ਹੂ ਬਹੂ ਆਪਣੇ ਪਾਪਾ ਯਾਨੀ ਕਿ ਸਨੀ ਦਿਓਲ ਵਰਗੇ ਨਜ਼ਰ ਆ ਰਹੇ ਨੇ ਤੇ ਸਾਹਿਰਾ ਜੋ ਕਿ ਇੱਕ ਫਰੈਸ਼ ਫੇਸ ਨੇ ਇੰਡਸਟਰੀ ਵਿੱਚ ਬਹੁਤ ਹੀ ਕਿਊਟ ਲੱਗ ਰਹੇ ਨੇ। ਸਨੀ ਦਿਓਲ ਤੇ ਆਪਣੇ 2.5 ਕਿਲੋ ਦੇ ਹੱਥ ਅਤੇ ਐਂਗਰੀ ਲੁੱਕਸ ਕਰਕੇ ਫੇਮਸ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦਾ ਬੇਟਾ ਕਿਸ ਚੀਜ਼ ਲਈ ਫੇਮਸ ਹੁੰਦਾ ਹੈ। ਇਹ ਮੂਵੀ 19 ਜੁਲਾਈ ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਰਿਲੀਜ਼ ਹੋ ਨਹੀਂ ਸਕੀ ਅਤੇ ਹੁਣੇ 20 ਜੁਲਾਈ ਨੂੰ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਸਨੀ ਦਿਓਲ ਆਪਣੇ ਬੇਟੇ ਦੀ ਫਿਲਮ ਨੂੰ ਲੈ ਕੇ ਕਾਫੀ ਨਰਵਸ ਨੇ ਤੇ ਉਸ ਦੇ ਨਾਲ ਨਾਲ ਹੀ ਉਹ ਖੁਸ਼ ਵੀ ਨੇ ਕਿ ਉਹਨਾਂ ਨੇ ਇਹ ਫਿਲਮ ਖੁਦ ਡਾਇਰੈਕਟ ਕੀਤੀ ਹੈ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਸਮੇਂ ਵਿੱਚ ਡਾਇਰੈਕਟਰਸ ਨੂੰ ਅਪਰੋਚ ਕਰਨਾ ਸੌਖਾ ਸੀ ਪਰ ਹੁਣ ਸਿਚੁਏਸ਼ਨਸ ਡਿਫਰੈਂਟ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਡਾਇਰੈਕਸ਼ਨ ਇੱਕ ਸਟ੍ਰੈਸ ਭਰਿਆ ਕੰਮ ਹੈ ਤੇ ਜਦੋਂ ਆਪਣੇ ਹੀ ਬੇਟੇ ਨੂੰ ਲਾਂਚ ਕਰਨਾ ਹੋਵੇ ਤਾਂ ਸਿਚੁਏਸ਼ਨਸ ਹੋਰ ਵੀ ਡਿਫਿਕਲਟ ਹੋ ਜਾਂਦੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਉਹਨਾਂ ਦੀ ਡੈਬਿਊ ਮੂਵੀ ਯਾਨੀ ਕਿ ਬੇਤਾਬ ਦੌਰਾਨ ਉਹਨਾਂ ਦੇ ਪਾਪਾ ਧਰਮਿੰਦਰ ਜੀ ਕਿੰਨੇ ਕੁ ਨਰਵਸ ਹੋਣਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਤੁਸੀਂ ਖੁਦ ਪਿਤਾ ਨਹੀਂ ਬਣ ਜਾਂਦੇ ਤੁਸੀਂ ਪਿਤਾ ਦੇ ਪਿਆਰ, ਡਰ ਅਤੇ ਦਰਦ ਨੂੰ ਸਮਝ ਨਹੀਂ ਸਕਦੇ। ਧਰਮਿੰਦਰ ਜੀ ਦੀ ਸੁਪਰ ਹਿੱਟ ਐਕਟਿੰਗ ਦੇਖਣ ਤੋਂ ਬਾਅਦ ਅਸੀਂ ਸਨੀ ਦਿਓਲ ਅਤੇ ਬੌਬੀ ਦਿਓਲ ਦੀ ਐਕਟਿੰਗ ਵੀ ਦੇਖੀ। ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦੀ 3rd ਜਨਰੇਸ਼ਨ ਯਾਨੀ ਕਿ ਕਰਨ ਦਿਓਲ ਦੀ ਐਕਟਿੰਗ ਕੀ ਕਮਾਲ ਦਿਖਾਉਂਦੀ ਹੈ। ਅਸੀਂ ਤਾਂ ਬਹੁਤ ਵੇਟ ਕਰ ਰਹੇ ਹਾਂ ਕਰਨ ਦਿਓਲ ਜੀ ਨੂੰ ਮੂਵੀਜ਼ 'ਚ ਵੇਖਣ ਲਈ। ਤੁਸੀਂ ਕਿੰਨੀ ਕੁ ਵੇਟ ਕਰ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com। ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।